ਬੈਕ ਟੂ ਆਲ ਮਾਈ ਵੀਵਰਸ ਆਨ ਮਾਈ YouTube ਚੈਨਲ ਅੱਜ ਜਿਹੜਾ ਹੈ ਸੈਸ਼ਨ ਆ ਉਹਦੇ ਵਿੱਚ ਅਸੀਂ ਹੋਰ ਜ਼ਿਆਦਾ ਇੰਪੋਰਟੈਂਟ ਜਿਹੜੇ 1 1 ਮਾਰਕਸ ਦੇ ਕੁਐਸਚਨ ਸੀਗੇ ਪੰਜਾਬੀ ਮੀਡੀਅਮ ਦੇ ਵਿੱਚ ਧਰਤਲ ਦੇ ਚੈਪਟਰ ਦੇ ਨਾਲ ਰਿਲੇਟ ਕਰ ਰਹੇ ਨੇ ਉਹਨੂੰ ਮੈਂ ਲੈ ਕੇ ਆਇਆ ਹਾਂ ਇਸ ਦੇ ਵਿੱਚ ਅਸੀਂ ਜਿਹੜਾ ਵਾ ਦੂਜਾ ਪਾਰਟ ਡਿਸਕਸ ਕਰਾਂਗੇ ਪਹਿਲੇ ਪਾਰਟ ਦੇ ਵਿੱਚ ਅਸੀਂ 1 1 ਮਾਰਕਸ ਦੇ ਜਿਹੜੇ ਕੁਐਸਚਨ ਸੀ ਉਹ 30 ਡਿਸਕਸ ਕਰੇ ਸੀ ਹੁਣ ਜਿਹੜੇ ਨੇ ਉਹ ਅਨਦਰ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਾਂ ਬਹੁਤ ਵਾਰ ਰਿਪੀਟ ਹੋਏ ਕੁਐਸਚਨਸ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ ਸਟਾਰਟ ਕਰਦੇ ਆ ਉਹਦੇ ਸੈਸ਼ਨ ਨੂੰ ਦੇਖੋ ਭਾਰਤ ਦੀ ਭੌਤਿਕ ਵੰਡ ਦੇ ਵਿੱਚ ਦੀਆਂ ਮੁੱਖ ਇਕਾਈਆਂ ਦੇ ਨਾਮ ਲਿਖਨੇ ਆ ਹੁਣ ਸਾਡੇ ਭੌਤਿਕ ਜਿਵੇਂ ਇੰਡੀਆ ਜਿਹੜਾ ਵਾ ਉਹ ਕਿਹੜੇ-ਕਿਹੜੇ ਕਾਰਨਾ ਕਰਕੇ ਜਾਂ ਉਹਨੂੰ ਕਿਸ 파ਟ ਦੇ ਨਾਲ ਅਸੀਂ ਵੰਡਿਆ ਜਾ ਸਕਦਾ ਵਾ ਉਹਦੇ ਬਾਰੇ ਦੱਸਣਾ ਵਾ ਦੇਖੋ ਇੰਡੀਆ ਜਿਹੜਾ ਵਾ ਉਹ ਜ਼ਿਆਦਾਤਰ 4 파ਰਟਸ ਜਾਂ 5 파ਰਟਸ ਦੇ ਵਿੱਚ ਵੰਡਿਆ ਹੋ ਗਿਆ ਵਾ ਪਹਿਲਾ ਹੈਗਾ ਉੱਤਰ ਦੇ ਵਿੱਚ ਜਿਹੜੇ ਹਿਮਾਲਿਆ ਪਰਬਤ ਆ ਉਹਦੇ ਕਰਕੇ ਫਿਰ ਉੱਤਰੀ ਵਿਸ਼ਾਲ ਮੈਦਾਨ ਆਉਂਦੇ ਆ ਸਾਡੇ ਫਿਰ ਪ੍ਰਾਇਦੀਪੀ ਪਠਾਰ ਫਿਰ ਤਟਵਰਤੀ ਮੈਦਾਨ ਇਹ ਭਾਰਤੀ ਜਿਹੜੀ ਆ ਇਹਦੇ ਨਾਲ ਅਸੀਂ ਜਿਹੜੇ ਨੇ ਅਸੀਂ ਇਹਨੂੰ ਵੰਡ ਸਕਦੇ ਆ ਜਾਂ ਇੰਡੀਆ ਜਿਹੜਾ ਵਾ ਇਹਦੇ ਅਕੋਰਡਿੰਗ ਜਿਹੜਾ ਯਾਦ ਰੱਖਣਾ ਚਾਰ ਨੇ ਹਿਮਾਲਿਆ ਉਤਰੀ ਮੈਦਿਸ਼ਾਲ ਦੇ ਮੈਦਾਨ ਪ੍ਰਾਇਦੀਪੀ ਪਠਾਰ ਤੇ ਤਟਵਰਤੀ ਮੈਦਾਨ ਠੀਕ ਹੈ ਜੀ ਤਟਵਰਤੀ ਨੂੰ ਕਹਿੰਦੇ ਆ ਕੋਸਟਲ ਏਰੀਆ ਜਿਹੜੇ ਕਿ ਨਦੀਆਂ ਦੇ ਕਿਨਾਰੇ ਹੁੰਦੇ ਆ ਪ੍ਰਾਇਦੀਪੀ ਪਠਾਰ ਜਿਹੜੇ ਕੀ ਹੁੰਦੇ ਆ ਬੜੀ ਬੜੀਆਂ ਚਟਾਰਨਾ ਹੁੰਦੀਆਂ ਨੇ ਕਈ ਸਾਲ ਪੁਰਾਣੀਆਂ ਜਿਵੇਂ আরাਵਲੀ ਪਹਾੜਤ ਇਹ ਸਾਰੇ ਜਿਹੜੇ ਨੇ ਪੁਰਾਣੇ ਪਹਾੜਤ ਨੇ ਤੇ ਉਸ ਤੋਂ ਬਾਅਦ ਉੱਤਰੀ ਵਿਸ਼ਾਲ ਮੈਦਾਨ ਜਿੱਥੇ ਅਸੀਂ ਰਹਨੇ ਆ ਪੰਜਾਬ ਹਰਿਆਣਾ ਇਹ ਜੇ ਏਰੀਆ ਤੇ ਉਸ ਤੋਂ ਬਾਅਦ ਹੈ ਹਿਮਾਲਿਆ ਦੇ ਪਹਾੜਤ ਇਹ ਸਾਨੂੰ ਪਤਾ ਵੀ ਉੱਤਰ ਦੇ ਵਿੱਚ ਕਸ਼ਮੀਰ ਦੇ ਵਿੱਚ ਨੇ ਠੀਕ ਹੈ ਉਸ ਤੋਂ ਬਾਅਦ ਹੈ ਹਿਮਾਲਿਆ ਦੇ ਪਹਾੜਤ ਸ਼੍ਰੇਣੀਆਂ ਦਾ ਆਕਾਰ ਕੀ ਹੈ ਵੀ ਇੱਕ ਇਹੋ ਜੇ ਸ਼ੇਪ ਦੇ ਵਿੱਚ ਨੇ ਜੋ ਕਿਸ ਤਰ੍ਹਾਂ ਦੇ ਦਿਖਦੇ ਨੇ ਤਾਂ ਜਿਹੜੇ ਹਿਮਾਲਿਆ ਦੇ ਪਹਾੜਤ ਨੇ ਉਹ ਇੱਕ ਉਤਲ ਚਾਪ ਨੇ ਯਾਨੀ ਕਿ ਕਨਵੈਕਸ ਕਰਵ ਵਰਗੇ ਹੁੰਦਾ ਵਾ ਉਸ ਤੋਂ ਬਾਅਦ ਹੈ ਹਿਮਾਲਿਆ ਪਹਾੜਤ ਦੇ ਵਿੱਚ 8000 ਮੀਟਰ ਤੋਂ ਵੱਧ ਉਚਾਈ ਅਤੇ ਕਿਹੜੀਆਂ-ਕਿਹੜੀਆਂ ਚੋਟੀਆਂ ਮਿਲਦੀਆਂ ਨੇ ਹੁਣ 8000 ਜਿਹੜੀ ਆ ਉਹਦੀ ਹਾਈਟ ਆ ਉਹ ਤੋਂ ਸਭ ਤੋਂ ਜ਼ਿਆਦਾ ਉੱਚੀ ਆ ਤੇ ਕਿਹੜਾ ਮਿਲਦਾ ਵਾ ਸਭ ਨੂੰ ਪਤਾ ਵੀ ਮਾਉਂਟ ਐਵਰੈਸਟ ਜਿਹੜਾ ਉਹ ਵਰਲਡ ਦੀ ਸਭ ਤੋਂ ਜ਼ਿਆਦਾ ਉੱਚੀ ਜਿਹੜੀ ਆ ਇੱਕ ਚੋਟੀ ਮੰਨੀ ਜਾਂਦੀ ਆ ਫਿਰ ਕਜਰੰਗਾ ਵਾ ਜਿਹੜੀ ਕਿ ਇੰਡੀਆ ਦੇ ਵਿੱਚ ਆ 8598 ਮੀਟਰ ਦੇ ਵਿੱਚ ਆ ਫਿਰ ਅਮਾ ਮਕਾਲੂ 8481 ਮੀਟਰ ਫਿਰ ਹੈਗਿਆ ਤੋਲਗਿਰੀ 8172 ਮੀਟਰ ਫਿਰ ਹੈਗਾ ਮਨਲੂਸੀ 8156 ਮੀਟਰ ਫਿਰ ਚੋਪੂਜ ਜਿਹੜਾ ਕਿ 8153 ਮੀਟਰ ਹੈਗੀ ਆ ਫਿਰ ਨਾਗਾ ਪਰਬਤ ਫਿਰ 8126 ਮੀਟਰ ਫਿਰ ਅਨਪੂਰਨਾ 8078 ਮੀਟਰ ਦੀ ਜਿਹੜੀ ਇਹਦੀ ਉਚਾਈ ਹੈਗੀ ਆ ਉਸ ਤੋਂ ਬਾਅਦ ਹੈ ਯਾਦ ਰੱਖਣਾ ਵੀ ਕਦਰੰਗਾ ਜਿਹੜਾ ਵਾ ਸਿਰਫ ਕਦਰੰਗਾ ਜਿਹੜੀ ਆ ਇੰਡੀਆ ਦੇ ਵਿੱਚ ਠੀਕ ਹੈ ਜੀ ਹਿਮਾਲਿਆ ਜਿਹੜਾ ਵਾ ਉਹ ਇੰਡੀਆ ਦੇ ਵਿੱਚ ਨਹੀਂ ਨੇਪਾਲ ਸੌਰੀ ਜਿਹੜਾ ਮਾਉਂਟ ਐਵਰੇਸਟ ਉਹ ਨੇਪਾਲ ਦੇ ਵਿੱਚ ਠੀਕ ਹੈ ਜੀ ਭਾਰਤ ਦੇ ਜਵਾਨ ਅਤੇ ਪ੍ਰਾਚੀਨ ਪਹਾੜ ਕਿਹੜੇ ਨੇ ਹੁਣ ਜਿਹੜੇ ਜਵਾਨ ਆਉ ਉਹ ਸਭ ਨੂੰ ਪਤਾ ਵਾ ਵੀ ਕਿਹੜਾ ਵਾ ਹਿਮਾਲਿਆ ਵਾ ਕਿਉਂਕਿ ਉਹ ਹਲੇ ਵੀ ਜਵਾਨ ਉਸ ਤੋਂ ਬਾਅਦ ਹੈ ਜਿਹੜੇ ਪ੍ਰਾਚੀਨ ਨੇ ਉਹਦੇ ਵਿੱਚ ਅਰਾਵਲੀ, ਦਿਹਾਂਚਲੀ, ਸਤਪੂੜਾ ਇਹ ਆਦੀ ਜਿਹੜੀਆਂ ਪਹਾੜੀਆਂ ਨੇ ਜਾਂ ਕਹਿ ਦੋ ਪਹਾੜ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਵਾ ਇਹ ਕਾਫੀ ਸਾਲ ਪੁਰਾਣੇ ਯਾਨੀ ਕਿ ਬਹੁਤ ਟਾਈਮ ਤੋਂ ਇਹ ਇੰਡੀਆ ਦੇ ਵਿੱਚ ਸਥਿਤ ਨੇ ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਦਰਾਵੜ ਘਾਟੀਆਂ ਕਿੱਥੇ ਹਨ ਹੁਣ ਦਰਾਵੜ ਘਾਟੀਆਂ ਜਿਹੜੀਆਂ ਉਹ ਹੁੰਦੀਆਂ ਜਿਹੜੀਆਂ ਪ੍ਰਾਇਦੀਪੀ ਦੇ ਵਿੱਚ ਜਿਹੜੀਆਂ ਛੋਟੇ-ਛੋਟੇ ਜਿਹੇ ਬਿਰਲ ਜੰਤੂ ਸੀ ਕਹਤੋ ਛੋਟੇ-ਛੋਟੇ ਜਿਹੜੇ ਡਿਫਰੈਂਸ ਹੁੰਦਾ ਵਾ ਜਿਹਦੇ ਵਿੱਚੋਂ ਨਿਕਲਣ ਦੇ ਲਈ ਰਸਤਾ ਬਣਾਇਆ ਜਾਂਦਾ ਵਾ ਤਾਂ ਉਹਨੂੰ ਅਸੀਂ ਦਰਾਵੜ ਪਾਰਟੀਆਂ ਕਹਿੰਦੇ ਆ ਇਹ ਕਿੱਥੇ ਮਿਲਦੀਆਂ ਨੇ ਪ੍ਰਾਇਦੀਪੀ ਪਠਾਰ ਦੇ ਵਿੱਚ ਮਿਲਦੀਆਂ ਨੇ ਡੈਲਟਾ ਕੀ ਹੁੰਦਾ ਹੈ ਹੁਣ ਸਭ ਨੂੰ ਪਤਾ ਵੀ ਡੈਲਟਾ ਕੀ ਹੁੰਦਾ ਨਦੀ ਦੇ ਹੇਠਲਾ ਭਾਗ ਹੁੰਦਾ ਜਿਹੜਾ ਕਿ ਥਲ ਰੂਪ ਨੂੰ ਡੈਲਟਾ ਕਹਿਆ ਜਾਂਦਾ ਯਾਨੀ ਕਿ ਜਿਹੜੀ ਮਿੱਟੀ ਨਦੀ ਆਪਣੇ ਨਾਲ ਬਹਾ ਕੇ ਲੈ ਆਉਂਦੀਆਂ ਨੇ ਤੇ ਉਹ ਕਿਤੇ ਜਾ ਕੇ ਵਿਛਾ ਦਿੰਦੀਆਂ ਨੇ ਉੱਤਰ ਦੇ ਵਿਸ਼ਾਲ ਮੈਦਾਨ ਇਸੇ ਕਾਰਨ ਕਰਕੇ ਹੀ ਬਣੇ ਨੇ ਤਾਂ ਕਰਕੇ ਉਹਨੂੰ ਕੀ ਕਿਹਾ ਜਾਂਦਾ ਡੈਲਟਾ ਹੀ ਮਿੱਟੀ ਕਿਹਾ ਜਾਂਦਾ ਵਾ ਉਸ ਤੋਂ ਬਾਅਦ ਹੈ ਦੇਸ਼ ਦੇ ਵਿੱਚ ਮੁੱਖ ਡੈਲਟਾ ਹੀ ਖੇਤਰਾਂ ਦੇ ਨਾਮ ਲਿਖੋ ਹੁਣ ਕਿਹੜੇ-ਕਿਹੜੇ ਖੇਤਰ ਬਣਦੇ ਜਿਵੇਂ ਗੰਗਾ ਬ੍ਰਹਮਪੁੱਤਰ ਡੈਲਟਾ ਹੈ ਸਭ ਤੋਂ ਵੱਡਾ ਡੈਲਟਾ ਬਣਦਾ ਹੈ ਜਿੱਥੇ ਸੁੰਦਰਬਨ ਸਿਤਾ ਉਸ ਤੋਂ ਬਾਅਦ ਹੈ ਗੋਦਾਵਰੀ ਨਦੀ ਦਾ ਡੈਲਟਾ ਫਿਰ ਕਾਵੇਰੀ ਨਦੀ ਦਾ ਡੈਲਟਾ ਫਿਰ ਕ੍ਰਿਸ਼ਨਾ ਨਦੀ ਦਾ ਡੈਲਟਾ ਫਿਰ ਮਹਾਨੰਦੀ ਦਾ ਡੈਲਟਾ ਜਿਹੜੇ ਨੇ ਇਹ ਖੇਤਰ ਮੇਨ ਨੇ ਜਿੱਥੇ ਹੀ ਗਿਨੇ ਸਭ ਤੋਂ ਜ਼ ਉਸ ਤੋਂ ਬਾਅਦ ਹੈ ਛੋਟੇ ਹਿਮਾਲਿਆ ਦੀਆਂ ਮੁੱਖ ਪर्वਤ ਸ਼੍ਰੇਣੀਆਂ ਦਾ ਨਾਮ ਦੱਸੋ ਵੀ ਜਿਹੜੇ ਛੋਟੇ ਹਿਮਾਲਿਆ ਨੇ ਜਿਵੇਂ ਕਸ਼ਮੀਰ ਦੇ ਵਿੱਚ ਹੈਗਾ ਪੀਰ ਪੰਚਲਾ ਨਾਗਾ ਟੀਪਾ ਹਿਮਾਚਲ ਦੇ ਵਿੱਚ ਹੈਗਾ ਤੋਲਾਦਾਰ ਤੇ ਕਮਾਊ ਨੇਪਾਲ ਦੇ ਵਿੱਚ ਹੈ ਮਹਾਭਾਰਤ ਉੱਤਰਾਖੰਡ ਦੇ ਵਿੱਚ ਮਸੂਰੀ ਭੂਟਾਨ ਦੇ ਵਿੱਚ ਥੀਪੂ ਇਹ ਹਜੇ ਜਿਹੜੇ ਨੇ ਜਿਹੜੇ ਕਿ ਹਿਮਾਲਿਆ ਦੇ ਛੋਟੇ-ਛੋਟੇ ਪਹਾੜਾਂ ਦੀ ਸ਼੍ਰੇਣੀ ਹੈ ਉਸ ਤੋਂ ਬਾਅਦ ਹੈ ਛੋਟੇ ਹਿਮਾਲਿਆ ਵਿੱਚ ਕਿਹੜੇ-ਕਿਹੜੇ ਸਿਹਦਵਰ ਦੀਆਂ ਘਾਟੀਆਂ ਤੇ ਸਥਿਤ ਸਥਾਨ ਹਨ ਜਿਹੜੇ ਸਭ ਤੋਂ ਵਧੀਆ ਮੰਨੇ ਜਾਂਦੇ ਆ ਜਾਂ ਬਹੁਤ ਜ਼ਿਆਦਾ ਦੇਖਣ ਦੇ ਵਿੱਚ ਬਹੁਤ ਵਧੀਆ ਨੇ ਜਿਵੇਂ ਸ਼ਿਮਲਾ ਸ਼੍ਰੀਨਗਰ ਮਸੂਰੀ ਨੈਨੀਤਾਲ ਡਾਰਜਲਿੰਗ ਚਕਨਾਤਾ ਇਹ ਜਿਹੜੀਆਂ ਪਲੇਸਿਸ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀਆਂ ਨੇ ਸਿਹਤ ਪੱਖੋਂ ਵੀ ਸਗੋਂ ਇਹ ਦੇਖਣ ਦੇ ਵਿੱਚ ਵੀ ਬਹੁਤ ਸੋਹਣੀਆਂ ਨੇ ਉਸ ਤੋਂ ਬਾਅਦ ਹੈ ਦੇਸ਼ ਦੇ ਵਿੱਚ ਮੁੱਖ ਦੂਨ ਘਾਟੀਆਂ ਕਿਹੜੀਆਂ ਨੇ ਦੂਨ ਘਾਟੀਆਂ ਜਿਨ੍ਹਾਂ ਦੇ ਵਿੱਚ ਦੂਨ ਵਰਡ ਯੂਜ਼ ਕੀਤਾ ਜਾਂਦਾ ਵਾ ਬੈਕ ਸਾਈਡ ਦੇ ਵਿੱਚ ਜਿਵੇਂ ਦੇਹਰਾ ਦੂਨ ਪਤਲਾ ਦੂਨ ਕੋਬਰੀ ਦੂਨ ਉਦਮ ਉਪੁਰ ਕੋਟਲੀ ਆਦੀ ਅਜਿਹੀਆਂ ਜਿਹੜੇ ਪਲੇਸਿਸ ਨੇ ਜਿੱਥੇ ਦੂਨ ਘਾਟੀਆਂ ਜਿਹੜੀਆਂ ਆਮ ਤੌਰ ਤੇ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਹੈ ਬ੍ਰਹਮਪੁੱਤਰਾ ਦੇ ਮੈਦਾਨਾਂ ਦਾ ਆਕਾਰ ਕੀ ਹੈ ਹੁਣ ਜਿਹੜੇ ਬ੍ਰਹਮਪੁੱਤਰ ਨੇ ਉਹ 640 ਕਿਲੋਮੀਟਰ ਲੰਬਾ ਵਾ ਤੇ 100 ਤੋਂ ਲੈ ਕੇ 90 ਤੋਂ ਲੈ ਕੇ 100 ਮੀਟਰ ਤੱਕ ਇਹਦੀ ਚੜਾਈ ਮੰਨੀ ਗਈ ਹੈ ਉਸ ਤੋਂ ਬਾਅਦ ਹੈ ਦੇਸ਼ ਦੇ ਵਿੱਚ ਸਭ ਤੋਂ ਉੱਚੀ ਪਹਾੜੀ ਸ਼੍ਰੇਣੀ ਕਿਹੜੀ ਆ ਮਾਉਂਟ ਐਵਰੇਸਟ ਠੀਕ ਹੈ ਪਾਉਂਟ ਐਵਰੇਸਟ ਸਭ ਤੋਂ ਉੱਚੀ ਮੰਨੀ ਜਾਂਦੀ ਹੈ ਫਿਰ ਆਏਗਾ ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਮ ਲਿਖੋ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜਿਵੇਂ ਮਾਉਂਟ ਕੇ 2 ਤੇ ਗੋ ਦੇ ਹਿਡਨ ਪੀਕ ਵਾਰਡ ਪੀਕ ਸ਼ਰਮ ਰਾਕਾਪੋਸੀ ਹਰਾਪੋ ਹਰਾਮ ਉਸ ਇਹ ਜਿਹੜੀਆਂ ਕੁਛ ਜਿਹੜੀਆਂ ਪਹਾੜੀਆਂ ਨੇ ਮੁੱਖ ਚੋਟੀਆਂ ਮੰਨਿਆ ਜਾਂਦੇ ਨੇ ਉਸ ਤੋਂ ਬਾਅਦ ਹੈ ਅਰਬ ਸਾਗਰ ਦੇ ਵਿੱਚ ਪੈਂਦੇ ਹੋਏ ਕੋਈ ਦੋ ਟਾਪੂ ਹੋਣ ਅਰਬ ਸਾਗਰ ਦੇ ਵਿੱਚ ਸਾਡੇ ਦਮਨ ਅਮੀਨਦੀਪੀ ਤੇ ਮਧਵਰਤੀ ਜਿਹੜੇ ਮਧਵਰਤੀ ਦੀਪਾਂ ਦੇ ਵਿੱਚ ਲੇ ਲਦਾਖ ਜਿਵੇਂ ਨਹੀਂ ਸੌਰੀ ਲਦੀਪ ਦੇ ਮੁੱਖ ਭਾਗ ਦੇ ਵਿੱਚ ਮੀਨੋ ਕੋਈ ਆਦੀ ਨਾ ਦੇ ਜਿਹੜਾ ਆਖਿਆ ਜਾਂਦਾ ਵਾ ਜਿਹੜੇ ਕੀ ਅਰਬ ਸਾਗਰ ਦੇ ਵਿੱਚ ਸਥਿਤ ਨੇ ਉਸ ਤੋਂ ਬਾਅਦ ਹੈ ਦੇਸ਼ ਦੇ ਵਿੱਚ ਦੱਖਣੀ ਸੀਮਾ ਬਿੰਦੂ ਕਿੱਥੇ ਸਥਿਤ ਹੈ ਵੀ ਦੱਖਣ ਦੀ ਜਿਹੜੀ ਸੀਮਾ ਬਿੰਦੂ ਆ ਗੇਟ ਗੇਟ ਜਿਹੜਾ ਵਾ ਉਹ ਨਿਕੋਬਾਰ ਤੇ ਇੰਦਰ ਪੁਆਇੰਟ ਦੇ ਉੱਤੇ ਸਥਿਤ ਹੈ ਯਾਦ ਰੱਖਣਾ ਦੱਖਣ ਦੀ ਇਹ ਸਭ ਤੋਂ ਜਿਆਦਾ ਲਾਸਟ ਜਿਹੜੀ ਸੀਮਾ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਹੈ ਪੂਰਬੀ ਘਾਟੀ ਦੀਆਂ ਮੁੱਖ ਪਹਾੜੀਆਂ ਦੱਖਣੀ ਪਹਾੜੀਆਂ ਕਿਹੜੀਆਂ ਨੇ ਉਸ ਦੇ ਵਿੱਚ ਹੈ ਜਵੱਦੀ ਗੱਗੀ ਸ਼ਿਵਰਾਏ ਕੋਲਮ ਕੁਲਮਾਈ ਲਾਈ ਠੀਕ ਹੈ ਪੰਚਮਲਾਈ ਗੋਡਮਲਾਈ ਆਦੀ ਪੂਰਬੀ ਘਾਟੀਆਂ ਜਿਹੜੀਆਂ ਨੇ ਉਹ ਦੱਖਣ ਦੇ ਵਿੱਚ ਸਥਿਤ ਨੇ ਉਸ ਤੋਂ ਬਾਅਦ ਹੈ ਦੱਖਣ ਦੇ ਵਿੱਚ ਪਹਾੜੀ ਰੂਪ ਦੇ ਵਿੱਚ ਕਿਹੜੀਆਂ-ਕਿਹੜੀਆਂ ਪर्वਤੀ ਸਿਹਤਵਰ ਦੇ ਘਾਟੀਆਂ ਘਾਟੀਆਂ ਮਿਲਦੀਆਂ ਨੇ ਉਹਦੇ ਵਿੱਚ ਹੈ ਦੇਵਾਵੇਟਾ ਕੁਟਕ ਮੰਡੂ ਉਟਾਕ ਮੰਡ ਪਲਵਨੀ ਕੋਡਾਨਲ ਇਹ ਜਿਹੜੀਆਂ ਨੇ ਕੁਝ ਕੁ ਘਾਟੀਆਂ ਜਿਹੜੀਆਂ ਨੇ ਉੱਥੇ ਬਣਿਆ ਜਾਂਦੇ ਨੇ ਇਹ ਇੰਪੋਰਟੈਂਟ ਘਾਟੀਆਂ ਨੇ ਏ ਸੀ ਗੱਲ ਦਾ ਸੈਸ਼ਨ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਦੇ YouTube ਚੈਨਲ ਦੇ ਨਾਲ ਜੁੜੋ ਹੁਣ ਜਿਹੜਾ ਅਸੀਂ ਇੰਗਲਿਸ਼ ਦਾ ਸੈਸ਼ਨ ਲੈ ਕਹਾਂਗੇ ਉਹਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਦੇ ਵਿੱਚ ਜਿਹੜੇ ਕੁਐਸਚਨ ਬਹੁਤ ਵਾਰ ਰਿਪੀਟ ਹੋਏ ਨੇ ਪੂਰੀ ਮਿਕਸ ਜਿਹੜੀ ਐਸਐਸਟੀ ਦੇ ਕੁਐਸਚਨ ਸੀਗੇ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ ਥੈਂਕਸ ਅ ਲੋਟ ਵਾਚਿੰਗ ਫੋਰ ਮਾਈ ਸੈਸ਼ਨ